ਬਹੁਤ ਹੀ ਪਿਆਰੀ ਬੱਚਿਓ ਆਓ ਅੱਜ ਆਪਾਂ 6ਵੀਂ ਜਮਾਤ ਦੇ ਪਾਠ ਨੰਬਰ 3 ਹਾਕੀ ਖਿਡਾਰਨ ਅਜਿੰਦਰ ਕੌਰ ਨੂੰ ਪੜੀਏ ਠੀਕ ਹੈ ਚਲੋ ਆਓ ਫਿਰ ਪੜੀਏ ਆਪਾਂ ਅੰਤਰਰਾਸ਼ਟਰੀ ਹਾਕੀ ਖਿਡਾਰਨ ਅਜਿੰਦਰ ਕੌਰ ਦਾ ਨਾਂ ਲੈਂਦੇ ਆਂ ਹੀ ਬਲੌਰੀ ਅੱਖਾਂ ਵਾਲੀ ਗੋਰੀ ਚਿੱਟੀ ਦਰਮਿਆਨੇ ਕੱਦ ਦੀ ਹਸਮੁਖ ਸੂਰਤ ਆਪ ਮੁਹਾਰ ਹੀ ਅੱਖਾਂ ਸਾਹਮਣੇ ਆ ਜਾਂਦੀ ਹੈ ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾਮ ਕਮਾਇਆ ਹੈ। ਉਸਨੇ ਲਗਭਗ 15 ਸਾਲ ਹਾਕੀ ਦੀ ਖੇਡ ਖੇਡੀ। ਇਸ ਸਮੇਂ ਦੌਰਾਨ ਉਸਨੇ ਸੈਂਕੜੇ ਗੋਲ ਕੀਤੇ ਤੇ ਉਸ ਦੀ ਖੇਡ ਦੀਆਂ ਥਾਂ ਥਾਂ ਧੂਮਾ ਪਈਆਂ। ਅਜਿੰਦਰ ਕੌਰ ਦਾ ਜਨਮ 14 ਜੁਲਾਈ 1951 ਨੂੰ ਜਲੰਧਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਸਤਵੰਤ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਆਨੰਦ ਸਿੰਘ ਸੀ। ਆਪ ਦੇ ਪਿਤਾ ਇੱਕ ਸਰਕਾਰੀ ਅਧਿਕਾਰੀ ਸਨ ਅਜਿੰਦਰ ਕੌਰ 9ਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਪ੍ਰਸਿੱਧ ਹਾਕੀ ਕੋਚ ਗੁਰਸਰਨ ਸਿੰਘ ਬੋਦੀ ਮਾਫ਼ ਕਰਨਾ ਬੱਚਿਓ ਗੁਰਚਰਨ ਸਿੰਘ ਬੋਦੀ ਦੇ ਸੰਪਰਕ ਵਿੱਚ ਆਈ ਤੇ ਉਸ ਪਿੱਛੋਂ ਉਸਨੇ ਕਦੇ ਪਿਛਾਂ ਮੁੜ ਕੇ ਨਹੀਂ ਦੇਖਿਆ ਜਲੰਧਰ ਸ਼ਹਿਰ ਹਾਕੀ ਦਾ ਘਰ ਹੈ ਹਾਕੀ ਖੇਡਣ ਵਾਲੇ ਜਿੰਨੇ ਖਿਡਾਰੀ ਜਲੰਧਰ ਵਿੱਚ ਰਹਿੰਦੇ ਹਨ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਹੋਣ ਉੱਥੇ ਲੜਕੀਆਂ ਨੂੰ ਥਾਂ-ਥਾਂ ਹਾਕੀ ਖੇਡਦੇ ਆਂ ਦੇਖ ਕੇ ਅਜਿੰਦਰ ਕੌਰ ਦੇ ਦਿਲ ਵਿੱਚ ਹਾਕੀ ਖੇਡਣ ਦੀ ਇੱਛਾ ਪੈਦਾ ਹੋਈ ਉਸ ਵੇਲੇ ਸਕੂਲਾਂ ਵਿੱਚ ਲੜਕੀਆਂ ਦੇ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ ਅਜਿੰਦਰ ਦੇ ਵਾਰ-ਵਾਰ ਕਹਿਣ ਤੇ ਸਕੂਲ ਵਿੱਚ ਹਾਕੀ ਦੀ ਖੇਡ ਸ਼ੁਰੂ ਕੀਤੀ ਗਈ ਇਸ ਤਰ੍ਹਾਂ ਸਮਝੋ ਕਿ ਜਲੰਧਰ ਵਿੱਚ ਲੜਕੀਆਂ ਦੀ ਹਾਕੀ ਦਾ ਆਰੰਭ ਵੀ ਉਸਨੇ ਹੀ ਕੀਤਾ ਅਜਿੰਦਰ ਕੌਰ ਨੇ ਆਪਣੇ ਸਕੂਲ ਸਮੇਤ ਤਕਰੀਬਨ ਹਰ ਖੇਡ ਵਿੱਚ ਹਿੱਸਾ ਲਿਆ। ਉਹ ਗੋਲਾ ਸੁੱਟਣ ਵਿੱਚ ਮਾਹਰ ਸੀ। ਉਸ ਦਾ ਨਿੱਕਰ ਸ਼ਰੀਰ ਇਸ ਖੇਡ ਵਿੱਚ ਮਦਦਗਾਰ ਸੀ। ਅਜਿੰਦਰ ਦੀ ਵਿਲੱਖਣਤਾ ਇਸ ਗੱਲ ਵਿੱਚ ਹੀ ਹੈ ਕਿ ਉਹ ਨੈਸ਼ਨਲ ਪੱਧਰ ਤੇ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਵਿੱਚ ਪਾਗ ਲਿਆ, ਮੈਚ ਖੇਡਿਆ। 1960 ਈਸਵੀ ਵਿੱਚ ਜਦੋਂ ਉਹ ਕੇਵਲ 16 ਸਾਲਾਂ ਦੀ ਸੀ, ਉਹ ਉਹ ਭਾਰਤ ਦੀ ਟੀਮ ਵਿੱਚ ਖੇਡਣ ਲਈ ਚੁਣੀ ਗਈ। ਉਸਨੇ 1967 ਈਸਵੀ ਤੋਂ 1972 ਈਸਵੀ ਤੱਕ ਲਗਾਤਾਰ ਪੰਜਾਬ ਲਈ ਹਾਕੀ ਖੇਡੀ ਅਤੇ ਇਸ ਸਮੇਂ ਦੌਰਾਨ ਉਹ ਭਾਰਤੀ ਹਾਕੀ ਤੇ ਵੀ ਛਾਈ ਰਹੀ। ਅਜਿੰਦਰ ਕੌਰ ਸਰਕਾਰੀ ਹਾਇਰ সেকেন্ডਰੀ ਸਕੂਲ ਨਹਿਰੂ ਗਾਰਡਨ ਜਲੰਧਰ ਦੀ ਕੋਚ ਬਣੀ ਤੇ ਉੱਥੇ ਕਈ ਹਾਕੀ ਖਿਡਾਰਨਾ ਤਿਆਰ ਕੀਤੀਆਂ। ਉਨ੍ਹਾਂ ਵਿੱਚ ਰਾਜਵੀਰ ਕੌਰ ਅਰਜੁਨ ਐਵਾਰਡ ਵਿਜੀਤਾ ਦਾ ਨਾਮ ਸਭ ਤੋਂ ਉੱਪਰ ਹੈ ਕੁਝ ਬੜੇ ਪਹਿਲਾਂ ਅੰਮ੍ਰਿਤਸਰ ਵਿੱਚ ਪੰਜਾਬਣਾਂ ਦਾ ਖੇਡ ਮੇਲਾ ਮਨਾਇਆ ਗਿਆ ਜਦੋਂ ਉਹ ਸਫੇਦ ਰੰਗ ਦੀ ਖੇਡ ਪੋਸ਼ਾਕ ਪਹਿਨ ਕੇ ਮੈਦਾਨ ਵਿੱਚ مشਾਲ ਜਗਾਉਣ ਲਈ ਆਈ ਉਦੋਂ ਇੰਜ ਜਾਪਿਆ ਜਿਵੇਂ ਮੈਦਾਨ ਵਿੱਚ ਰੋਸ਼ਨੀ ਹੋ ਗਈ ਹੋਵੇ ਸ਼ਾਇਦ ਹੀ ਕੋਈ ਭਾਰਤੀ ਹਾਕੀ ਟੀਮ ਚੁਣੀ ਗਈ ਹੋਵੇ ਜਿਸ ਵਿੱਚ ਅਜਿੰਦਰ ਨੂੰ ਸ਼ਾਮਿਲ ਨਾ ਕੀਤਾ ਗਿਆ ਹੋਵੇ ਉਹ ਫੁੱਲ ਪੈਕ ਤੇ ਸੈਂਟਰ ਹਾਫ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਸੀ ਅਜਿੰਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਔਰਤਾਂ ਵਾਲੀ ਨਹੀਂ ਸਗੋਂ ਮਰਦਾਂ ਵਾਲੀ ਹਾਕੀ ਖੇਡਦੀ ਹੈ ਉਸਨੇ 3 ਸਾਲ ਨਹਿਰੂ ਗਾਰਡਨ ਸਕੂਲ ਲਈ 3 ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਲਈ ਅਤੇ 3 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਹਾਕੀ ਖੇਡੀ 1967 ਈਸਵੀ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੀ ਹਾਕੀ ਦੀ ਕਪਤਾਨ ਬਣੀ ਉਸ ਦੀ ਕਪਤਾਨੀ ਹੇਠ ਯੂਨੀਵਰਸਿਟੀ ਦੀ ਟੀਮ ਨੇ ਅੰਤਰ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ 1968 ਈਸਵੀ ਦੇ ਪਹਿਲੇ ਮੈਲਾ ਏਸ਼ੀਆਈ ਹਾਕੀ ਟੂਰਨਾਮੈਂਟ ਸਮੇਂ ਉਹ ਭਾਰਤੀ ਟੀਮ ਵਿੱਚ ਖੇਡੀ ਤੇ ਭਾਰਤੀ ਟੀਮ ਤੀਜੇ ਨੰਬਰ ਤੇ ਰਹੀ ਉਹ ਟੋਕੀਓ ਨਿਊਜ਼ੀਲੈਂਡ ਫਰਾਂਸ ਸਕਾਟਲੈਂਡ ਸਪੇਨ ਗਈ ਤੇ ਹਰ ਥਾਂ ਜਿੱਤ ਪ੍ਰਾਪਤ ਕੀਤੀ ਅਜਿੰਦਰ ਲਈ ਉਹ ਪਲ ਸਭ ਤੋਂ ਵੱਧ ਯਾਦਗਾਰੀ ਸਨ ਜਦੋਂ ਉਸਨੇ 1976 ਈਸਵੀ ਵਿੱਚ ਮ드ਰਾਸ ਵਿਖੇ ਬੀਗਮ ਰਸੂਲ ਟਰੋਫੀ ਨਾਂ ਦਾ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਉਸਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ ਇਸ ਤਰ੍ਹਾਂ ਉਸਨੇ ਲਗਾਤਾਰ 1967 ਈਸਵੀ ਤੋਂ 1978 ਈਸਵੀ ਤੱਕ ਭਾਰਤੀ ਟੀਮ ਵਿੱਚ ਸ਼ਿਰਕਤ ਕੀਤੀ ਅਜਿੰਦਰ ਕੌਰ ਦਾਸ ਦੀ ਹੈ ਕਿ ਉਸਦੇ ਘਰ ਦੇ ਆਂ ਨੀ ਉਸ ਨੂੰ ਕਦੇ ਹਾਕੀ ਖੇਡਣ ਤੋਂ ਨਹੀਂ ਰੋਕਿਆ ਜਿਸ ਲੜਕੀ ਦੇ ਮਾਪੇ ਖੇਡਣ ਦੀ ਖੁਸ਼ੀ ਦਿੰਦੇ ਹੋਣ ਇਸ ਤੋਂ ਵੱਧ ਉਤਸ਼ਾਹ ਹੋਰ ਕੀ ਹੋ ਸਕਦਾ ਸੀ ਪੰਜਾਬ ਦੀ ਇਸ ਮਹਾਨ ਖਿਡਾਰਨੀ ਦੀ ਕੋਈ ਖਾਸ ਖੁਰਾਕੀ ਨਹੀਂ ਸੀ ਸਿਰਫ ਘਰ ਦੀ ਦਾਲ ਰੋਟੀ ਹੀ ਖਾਂਦੀ ਸੀ ਹਾਕੀ ਖੇਡਦਿਆਂ ਅਜਿੰਦਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਦੇ ਉਸਦੀ ਹਾਕੀ ਟੁੱਟ ਜਾਣੀ ਤਾਂ ਨਵੀਂ ਮਸਾ ਮਿਲਣੀ, ਕਦੇ ਗੇਂਦ ਗਵਾਚ ਜਾਣੀ ਤੇ ਨਵੀਂ ਦਾ ਪ੍ਰਬੰਧ ਛੇਤੀ ਨਾ ਹੋਣਾ। ਕਦੇ ਵਰਦੀ ਮੁਕੰਮਲ ਨਾ ਹੋਣੀ, ਕਦੇ ਪੜ੍ਹਾਈ ਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲਣਾ। ਕਦੇ ਖੇਡਦਿਆਂ ਹੋਏ ਦਰਸ਼ਕਾਂ ਦੇ ਬੋਲ-ਕਬੋਲ ਵੀ ਸੁਣਨੇ ਪੈਂਦੇ। ਅਜਿੰਦਰ ਕੌਰ ਦੀਆਂ ਹਾਕੀ ਦੀ ਖੇਡ ਵਿੱਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿੱਚ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ 1979 ਈਸਵੀ ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ 1994 ਈਸਵੀ ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਬਸ਼੍ਰੇਸ਼ਟ ਖਿਡਾਰਨ ਵਜੋਂ ਸਨਮਾਨਿਤ ਕੀਤਾ ਅਜਿੰਦਰ ਆਪਣੀਆਂ ਸਾਰੀਆਂ ਜਿੱਤਾਂ ਦਾ ਸੇੜਾ ਆਪਣੇ ਕੋਚ ਸਰਦਾਰ ਗੁਰਚਰਨ ਸਿੰਘ ਬੋਦੀ ਦੇ ਸਿਰ ਬੰਨਦੀ ਹੈ ਅਜਿੰਦਰ ਕੌਰ ਨੇ ਖੇਡਣ ਦੇ ਨਾਲ ਨਾਲ ਪੜਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਉਸ ਨੇ ਸਰੀਰਕ ਸਿੱਖਿਆ ਦੀ ਐਮਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਬਾਅਦ ਵਿੱਚ ਇਸੇ ਵਿੱਚ ਪੀਐਚਡੀ ਵੀ ਕੀਤੀ ਇਸ ਵਿਸ਼ੇ ਤੇ ਉਸ ਨੇ ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾ ਤੋਂ ਕੋਚਿੰਗ ਦੇ ਡਿਪਲੋਮਾ ਨੂੰ ਵੀ ਹਾਸਲ ਕੀਤਾ ਉਸਨੇ ਗੌਰਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਚੰਡੀਗੜ੍ਹ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕੀਤਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸਨੇ ਕੋਚ ਦੀ ਸੇਵਾ ਵੀ ਨਿਭਾਈ ਹੈ ਅੱਜਕਲ ਉਹ ਇੰਗਲੈਂਡ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਉਹ ਜਦੋਂ ਵੀ ਵਿਦੇਸ਼ ਤੋਂ ਆਉਂਦੀ ਹੈ ਤਾਂ ਆਪਣੇ ਇਸ਼ਟ ਹਾਕੀ ਦੇ ਮੈਦਾਨ ਨੂੰ ਸਜਦਾ ਕਰਦੀ ਹੈ ਅਤੇ ਫਿਰ ਆਪਣੇ ਰੌਣਕ ਭਰੇ ਅੰਦਾਜ਼ ਨਾਲ ਚਾਰ ਚੁਫੇਰੇ ਮਿਲਣਗਿਲਣ ਵਾਲਿਆਂ ਵਿੱਚ ਖੁਸ਼ੀਆਂ ਖਿਲਾਰਦੀ ਵਾਪਸ ਪਰਤ ਜਾਂਦੀ ਹੈ ਸੋ ਆਪਾਂ ਦੇਖਿਆ ਬੱਚੋ ਵੀ ਅਜਿੰਦਰ ਕੌਰ ਨੂੰ ਵੀ ਕਿੰਨਾ ਮੁਸੀਬਤਾਂ ਨੇ ਘੇਰਿਆ ਸੀ ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਸੋ ਉਹ ਹਮੇਸ਼ਾ ਹੀ ਅੱਗੇ ਵਾਤੀ ਰਹੀ ਸੋ ਆਪਣੀ ਵੀ ਜੋ ਸ਼ੌਂਕ ਨੇ ਆਪਾਂ ਨੂੰ ਵੀ ਆਪਣੀ ਜ਼ਿੰਦਗੀ ਬਣਾਉਣੀ ਚਾਹੀਦੀ ਹੈ ਠੀਕ ਹੈ ਨਾ ਸਮਾਂ ਇਹ ਜਿਹੜਾ ਵਿਅਰਥ ਨਹੀਂ ਗਵਾਉਣਾ ਚਾਹੀਦਾ ਤੇ ਆਓ ਬੱਚਿਓ ਫਿਰ ਹੁਣ ਆਪਾਂ ਪ੍ਰਸ਼ਨ ਉੱਤਰ ਕਰੀਏ ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ ਉਸ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਆਪਾਂ ਹਰ ਵਾਰੀ ਕਹਿੰਦੇ ਬੱਚਿਓ ਕਿ ਕਿਸੇ ਗਾਈਡ ਦਾ ਇਸਤੇਮਾਲ ਨਹੀਂ ਕਰਨਾ ਆਪਾਂ ਨੇ ਘਰ ਦੇ ਆਂਦੇ ਪੈਸੇ ਖਰਾਬ ਨਹੀਂ ਕਰਨੇ ਤੇ ਜਿਹੜੀ ਉੱਤਰ ਨੇ ਇਹ ਜਿਸ ਤਰ੍ਹਾਂ ਆਪਣਾ ਪਾਠ ਚੱਲਦਾ ਨਾ ਉਸ ਤਰ੍ਹਾਂ ਹੀ ਆਪਣੇ ਵਿੱਚੋਂ ਉੱਤਰ ਲੱਭ ਜਾਂਦੇ ਨੇ ਠੀਕ ਹੈ ਨਾ ਤਾਂ ਆਪਾਂ ਦੇਖਿਆ ਵੀ ਅ ਅਜਿੰਦਰ ਕੌਰ ਦਾ ਜਨਮ 14 ਜੁਲਾਈ 1951 ਨੂੰ ਜਲੰਧਰ ਵਿਖੇ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਸਤਵੰਤ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਨੰਦ ਸਿੰਘ ਸੀ। ਤਾਂ ਉਸ ਤੋਂ ਬਾਅਦ ਆ ਗਿਆ ਜਿੰਦਰ ਕੌਰ ਦੀ ਵਿਲੱਖਣਤਾ ਕਿਸ ਕਾਲ ਵਿੱਚ ਸੀ। ਸੋ ਆਪਾਂ ਦੇਖਿਆ ਵੀ ਉਹ ਆਮ ਲੜਕੀਆਂ ਨਾਲੋਂ ਬਿਲਕੁਲ ਅਲੱਗ ਸੀ ਠੀਕ ਹੈ ਨਾ। ਉਹਨਾਂ ਨੂੰ ਹਾਕੀ ਖੇਡਣ ਦਾ ਬਹੁਤ ਸ਼ੌਂਕ ਸੀ। ਉਹ ਚਾਹੁੰਦੀ ਸੀ ਵੀ ਉਹ ਹਾਕੀ ਖੇਡੇ ਠੀਕ ਹੈ ਨਾ। ਇਸ ਕਰਕੇ ਉਹਨਾਂ ਨੇ ਮਤਲਬ ਬਹੁਤ ਮਿਹਨਤ ਕੀਤੀ ਸੀ। ਸੋ ਆਪਾਂ ਕਹਾਂਗੇ ਕਿ ਅਜਿੰਦਰ ਕੌਰ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਸਨੇ ਨੈਸ਼ਨਲ ਖੇਡਣ ਤੋਂ ਹੀ ਪਹਿਲਾ ਇੰਟਰਨੈਸ਼ਨਲ ਮੈਚ ਖੇਡਿਆ ਅੱਗੇ ਆ ਬੱਚਿਓ ਹਾਕੀ ਖੇਡਣ ਲਈ ਉਹ ਕਿੱਥੇ ਕਿੱਥੇ ਗਈ ਅਜਿੰਦਰ ਕੌਰ ਟੋਕੀਓ ਨਿਊਜ਼ੀਲੈਂਡ ਸਕਾਟਲੈਂਡ ਸਪੇਨ ਗਈ ਤੇ ਹਰ ਥਾਂ ਜਿੱਤ ਪ੍ਰਾਪਤ ਕੀਤੀ ਅੱਗੇ ਆ ਗਿਆ ਬੱਚਿਓ ਹਾਕੀ ਖੇਡਣ ਸਮੇ ਅਜਿੰਦਰ ਕੌਰ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਪਾਂ ਦੇਖਿਆ ਕਿ ਹਾਕੀ ਖੇਡਦੇ ਆ ਅਜਿੰਦਰ ਕੌਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਦੇ ਉਸਦੀ ਹਾਕੀ ਟੁੱਟ ਗਈ ਤਾਂ ਨਵੀਂ ਨਾ ਮਿਲਨੀ ਕਦੇ ਗੇਂਦ ਕੋਆਚ ਜਾਣਦੇ ਦੀ ਛੇਤੀ ਪ੍ਰਬੰਧਨਾ ਹੋਣਾ ਕਦੇ ਵਰਦੀ ਮੁਕੰਮਲ ਨਾ ਹੋਣੀ ਕਦੇ ਪੜ੍ਹਾਈ ਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲਣਾ ਤੇ ਖੇਡਦੇ ਆ ਖੇਡਦੇ ਆ ਦਰਸ਼ਕਾਂ ਦੁਆਰਾ ਬੋਲ ਕਬੋਲ ਵੀ ਸੁਣਨੀ ਪੈਂਦੀ ਠੀਕ ਹੈ ਅੱਗੇ ਬੱਚਿਓ ਅਜਿੰਦਰ ਕੌਰ ਲਈ ਸਭ ਤੋਂ ਵੱਧ ਯਾਦਗਾਰੀ ਪਲ ਕਿਹੜੇ ਸਨ ਅਜਿੰਦਰ ਕੌਰ ਲਈ ਉਹ ਪਲ ਸਭ ਤੋਂ ਵੱਧ ਯਾਦਗਾਰੀ ਸਨ ਜਦੋਂ ਉਸਨੇ 1976 ਵਿੱਚ ਮ드ਰਾਸ ਵਿਖੇ ਬੇਗਮ ਰਸੂਲ ਟਰਾਫੀ ਦੇ ਨਾਂ ਦਾ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਉਸਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ। ਅੱਗੇ ਬੱਚਿਓ ਅਜਿੰਦਰ ਕੌਰ ਨੂੰ ਕਿਹੜੇ-ਕਿਹੜੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ? ਅਜਿੰਦਰ ਕੌਰ ਦੀਆਂ ਹਾਕੀ ਦੀ ਖੇਡ ਵਿੱਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿੱਚ ਉਸ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ। 1979 ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ। 994 ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਬ ਸ੍ਰੇਸ਼ਟ ਖਿਡਾਰਨ ਵਜੋਂ ਸਨਮਾਨ ਦਿੱਤੇ ਉਹਨਾਂ ਨੇ ਸਨਮਾਨਿਤ ਕੀਤਾ ਨਾ ਸੂ ਅੱਗੇ ਆ ਗਿਆ ਬੱਚਿਓ ਆਪਣੇ ਆਪ ਆ ਦੇਖਦੇ ਆ ਵੀ ਖਾਲੀ ਥਾਵਾਂ ਆਪਾਂ ਦੇਖਿਆ ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਡੈਸ਼ ਕਮਾਇਆ ਨਾ ਅਜਿੰਦਰ ਕੌਰ ਦੀ ਹਾਕੀ ਹ ਮਤਲਬ ਕੋਚ ਕੌਣ ਸਨ ਗੁਰਚਰਨ ਸਿੰਘ ਬੋਦੀ ਜਲੰਧਰ ਸ਼ਹਿਰ ਡੈਸ਼ ਦਾ ਘਰ ਹੈ ਹਾਕੀ ਅਜਿੰਦਰ ਹਾਕੀ ਖੇਡਣ ਦੇ ਨਾਲ ਨਾਲ ਡੈਸ਼ ਵਿੱਚ ਵੀ ਮਹਾਰਸੀ ਗੋਲਾ ਸੁੱਟਣ ਦੇ ਵਿੱਚ ਹੈ ਨਾ ਉਹ ਫੁੱਲ ਬੈਕ ਤੇ ਡੈਸ਼ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਹੈ ਸੈਂਟਰ ਹਾਫ ਸੈਂਟਰ ਹਾਫ ਅਜਿੰਦਰ ਕੋਰ ਔਰਤਾਂ ਵਾਲੀ ਨਹੀਂ ਸਗੋਂ ਡੈਸ਼ ਵਾਲੀ ਹਾਕੀ ਖੇਡਦੀ ਹੈ ਮਰਦਾਂ ਵਾਲੀ ਉਸਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ਡੈਸ਼ ਦਾ ਡਿਪਲੋਮਾ ਹਾਸਲ ਕੀਤਾ ਕੋਚਿੰਗ ਪੰਜਾਬ ਸਰਕਾਰ ਦੇ ਡੈਸ਼ ਵਿੱਚ ਉਸਨੇ ਕੋਚ ਦੀ ਸੇਵਾ ਨਿਭਾਈ ਸਿੱਖਿਆ ਵਿਭਾਗ ਸੋ ਅੱਗੇ ਆਗੇ ਬੱਚੋ ਵਾਕਾਂ ਵਿੱਚ ਵਰਤੋ ਹਸਮੁਖ ਹਸਤੇ ਚਿਹਰੇ ਵਾਲਾ ਕਿਸੇ ਦਾ ਵੀ ਨਾਮ ਲੈ ਸਕਦੇ ਆ ਜਿੰਦਰ ਗੌਰ ਇੱਕ ਹਸਤੇ ਚਿਹਰੇ ਵਾਲੀ ਕੁੜੀ ਠੀਕ ਹੈ ਹੈ ਸੰਪਰਕ ਸਬੰਧ ਨੂੰ ਕਹ ਦਿੰਨੇ ਆਪਾਂ ਮੈਂ ਦਵਾਈ ਲੈਣ ਲਈ ਡਾਕਟਰ ਨਾਲ ਸੰਪਰਕ ਕੀਤਾ ਗੋਲ ਖੇਡ ਵਿੱਚ ਪ੍ਰਾਪਤ ਇੱਕ ਅੰਕ ਆਪਾਂ ਦੇਖਿਆ ਕਿ ਸਾਡੀ ਹਾਕੀ ਦੀ ਟੀਮ ਨੇ ਪਹਿਲੇ 5 ਮਿੰਟਾਂ ਵਿੱਚ ਹੀ ਗੋਲ ਕਰ ਦਿੱਤਾ ਮਦਦਕਾਰ ਸਹਾਇਕ ਮੁਸ਼ਕਲ ਵਿੱਚ ਕੋਈ ਮਦਦਕਾਰ ਨਹੀਂ ਪਣਦਾ ਜਾਂ ਮਦਦਕਾਰ ਆਪਣੇ ਪਣਦੇ ਹਨ ਯੂਨੀਵਰਸਿਟੀ ਵਿਸ਼ਵਵਿਦਿਆਲय ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਹੈ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਥਿਤ ਹੈ ਪ੍ਰਦਰਸ਼ਨ ਦਿਖਾਵਾ ਰਾਸ਼ਟਰੀ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਸੋ ਪਿਆਰੇ ਬੱਚਿਓ ਇਹ ਸੀ ਆਪਣਾ ਪਾਠ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਸੁੰਨਤੇ ਸਮਝਣ ਲਈ ਦਾ ਬਹੁਤ ਬਹੁਤ ਧੰਨਵਾਦ ਬੱਚਿਓ